ਪੰਜਾਬ ਦੇ ਇੱਕ ਟੀਵੀ ਚੈਨਲ ਨੂੰ ਬਲੈਕਆਊਟ ਕੀਤੇ ਜਾਣ ਉੱਤੇ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਲੀਡਰਾਂ ਨੇ ਇਸ ਨੂੰ ਮੰਦਭਾਗਾ ਦੱਸਿਆ ਹੈ। ਤੁਹਾਨੂੰ ਦੱਸ ਦਈਏ ਕਿ ਸੱਤਾਧਾਰੀ ਧਿਰ ਉੱਤੇ ਚੈਨਲ ਨੂੰ ਬਲੈਕਆਊਟ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਅਤੇ ਆਮ ਆਦਮੀ ਪਾਰਟੀ ਵੱਲੋਂ ਵੀ ਸੱਤਾ ਉੱਤੇ ਕਾਬਜ਼ ਸਰਕਾਰ ਦੀ ਇਸ ਮਾਮਲੇ ਨੂੰ ਲੈ ਕੇ ਕਾਫੀ ਨਿੰਦਾ ਕੀਤੀ ਗਈ ਹੈ। ਇੱਕ ਫਤਵਾ ਜਾਰੀ ਕਰਨ ਵਾਲੀ ਗੱਲ ਹੈ, ਇੱਕ ਜ਼ਬਾਨ ਕਿਸੇ ਦੀ ਬੰਦ ਕਰਨ ਵਾਲੀ ਗੱਲ ਹੈ। ਇਹ ਵੈਸੇ ਕਹਿੰਦੇ ਜਦੋਂ ਕੋਈ ਬਰਬਾਦੀ ਦਾ ਸਮਾਂ ਆਉਂਦਾ ਤਾਂ ਬੰਦਾ ਸਾਰੇ ਪੁੱਠੇ ਕੰਮ ਕਰਦਾ, ਅਤੇ ਇਹ ਵੀ ਇੱਕ ਲੋਕਾਂ ਦੇ ਮਨ ਦੇ ਅੰਦਰ ਇੰਨਾ ਰੋਸ ਜਾਗਿਆ ਸੀ ਪੰਜਾਬੀ ਦਾ ਬਲੈਕਆਊਟ ਜਿਹੜਾ, ਇੱਥੋਂ ਪਤਾ ਲੱਗ ਗਿਆ ਕਿ ਆਮ ਬੰਦੇ ਦੀ, ਆਮ ਆਦਮੀ ਦੀ ਜ਼ਬਾਨ ਨੂੰ ਬੰਦ ਕਰਨ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਜ਼ੀ ਪੰਜਾਬੀ ਜ਼ਿੰਦਾਬਾਦ, ਔਰ ਜ਼ਿੰਦਾਬਾਦ ਹੀ ਰਹਿਣਾ, ਇਹਨੂੰ ਬਲੈਕਆਊਟ ਨਾਲ ਕੋਈ ਫਰਕ ਨਹੀਂ ਪੈਣਾ, ਦੁਬਾਰਾ ਫਿਰ ਆਪਾਂ ਸਰਵਾਈਵ ਕਰਾਂਗੇ। ਆਹ ਸਾਰੀ ਜ਼ੀ ਪੰਜਾਬੀ ਦੀ ਆਵਾਜ਼ ਹੈ, ਆਮ ਆਦਮੀ ਦੀ ਆਵਾਜ਼ ਹੈ, ਔਰ ਆਮ ਆਵਾਜ਼ ਜ਼ਿੰਦਾਬਾਦ। ਬਹੁਤ ਦੁੱਖ ਦੀ ਗੱਲ ਆ, ਪੰਜਾਬ ਦੇ ਵਿੱਚ ਇਲੈਕਟ੍ਰੋਨਿਕ ਮੀਡੀਆ ਜਿਹੜਾ ਉਹ ਬਾਦਲ ਸਾਹਿਬ ਨੇ ਪਿਛਲੇ 10 ਸਾਲ ਤੋਂ ਕੰਟਰੋਲ ਕੀਤਾ ਹੋਇਆ। ਜੋ ਪੰਜਾਬ ਦੇ ਵਿੱਚ ਘਟਨਾਵਾਂ ਵਾਪਰਦੀਆਂ ਨੇ ਉਹਨਾਂ ਦਾ ਲੋਕਾਂ ਤੱਕ ਇਨਫੋਰਮੇਸ਼ਨ ਨਹੀਂ ਪਹੁੰਚਦੀ। ਬੜੀ ਦੇਰ ਬਾਅਦ, ਮੁੱਦਤ ਤੋਂ ਬਾਅਦ ਇੱਕ ਇਲੈਕਟ੍ਰੋਨਿਕ ਮੀਡੀਆ ਦਾ ਇੱਕ ਪਾਰਟ ਜਿਹੜਾ ਜੀ ਪੰਜਾਬੀ ਜਿਹੜਾ ਜਿਹੜਾ ਸੱਚ ਦੀ ਆਵਾਜ਼ ਆਪਾਂ ਕਹਿ ਲਈਏ, ਜਿਹੜਾ ਲੋਕਾਂ ਦੇ ਖਿਆਲਾਂ ਦੀ ਤਰਜਮਾਨੀ ਕਰਦਾ ਸੀਗਾ, ਪਿਛਲੇ ਦਿਨਾਂ ਦੇ ਵਿੱਚ ਉਹਨੂੰ ਵੀ ਕੇਬਲ ਨੈਟਵਰਕ ਤੋਂ ਡਿਲੀਟ ਕਰ ਦਿੱਤਾ ਗਿਆ। ਇਹ ਬਹੁਤ ਵੱਡੀ ਦੁਖਦਾਈ ਘਟਨਾ ਹੈ, ਇਹ ਪ੍ਰੈਸ ਦੀ ਆਜ਼ਾਦੀ 'ਤੇ ਹਮਲਾ ਹੈ, ਔਰ ਲੋਕ ਇਹ ਚਾਹੁੰਦੇ ਨਹੀਂ ਸਰਕਾਰ ਕਿ ਸੱਚ ਜਿਹੜਾ ਲੋਕਾਂ ਤੱਕ ਪਹੁੰਚੇ। ਅਸੀਂ ਇਹਦੀ ਆਮ ਆਦਮੀ ਪਾਰਟੀ ਵੱਲੋਂ ਮੈਂ ਘੋਰ ਨਿੰਦਾ ਕਰਦਾ। ਅੱਜ ਬਾਦਲ ਸਾਹਿਬ ਨੇ ਜਿਹੜੇ ਪ੍ਰੈਸ ਦੀ ਆਜ਼ਾਦੀ ਦੀ ਗੱਲ ਕਰਦਾ ਰਿਹਾ ਹਮੇਸ਼ਾ ਅਕਾਲੀ ਦਲ, ਇਹ ਪਹਿਲਾ ਮੌਕਾ ਹੈ ਕਿ ਜਦੋਂ ਪ੍ਰੈਸ ਦੀ ਆਜ਼ਾਦੀ ਨੂੰ ਇਹਨਾਂ ਨੇ ਵੰਗਾਰਿਆ, ਔਰ ਆਪਣੇ ਪੱਪੜ ਜਿਹੜੇ ਬੰਦੇ ਆ ਜਿਹੜੇ ਝੂਠ ਦਾ ਪਲੰਦਾ ਨੇ ਉਹਨਾਂ ਚੈਨਲਾਂ ਨੂੰ ਪ੍ਰਮੋਟ ਕਰਨ ਵਾਸਤੇ, ਸੱਚ ਦੀ ਆਵਾਜ਼ ਨੂੰ ਦਬਾਉਣ ਵਾਸਤੇ ਜੀ ਪੰਜਾਬੀ ਨੂੰ ਡਿਲੀਟ ਕੀਤਾ ਗਿਆ, ਐਲੀਮੀਨੇਟ ਕੀਤਾ ਗਿਆ। ਬੜੇ ਦੁੱਖ ਦੀ ਗੱਲ ਹੈ ਜੀ, ਇਹਨਾਂ ਦਾ ਵੀਡੀਓ ਪਾਇਆ ਹੋਇਆ ਜੀ, ਵੀਡੀਓ ਮੇਰੇ ਕੋਲ ਦੇਖ ਲਿਓ। ਮੈਂ ਕਹਾਂਗਾ ਭਈ ਇਹ ਬੰਦ ਕਰਕੇ ਅਤੇ ਤੁਸੀਂ ਡਿਸ਼ਾਂ ਲਵਾਓ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਪੰਜਾਬ ਦੇ ਵਿੱਚ ਅਸਲੀਅਤ ਕੀ ਹੋ ਰਿਹਾ।